ਤੇ ਅੱਜ ਦੇ ਮਤਲਬ ਐਪੀਸੋਡ ਦੀ ਆਗਾਜ਼ ਤੂੰ ਕੀਤੀ ਆਪਣੇ ਗੀਤ ਦੇ ਨਾਲ ਤਾਂ ਬਾਕੀ ਬੜਾ ਸੂਫੀਆਨਾ ਜਿਹਾ ਮਾਹੌਲ ਵੀ ਹੋ ਗਿਆ ਤਾਂ ਚਲੀਏ ਆਪਾਂ ਜੱਜਿਸ ਕੋਲ ਛੇਤੀ ਦੇ ਕੇ ਫਿਰ ਜ਼ਰੂਰ ਜੀ ਜ਼ਰੂਰ ਸਚਿਨ ਬਾਜੀ ਆਪਾਂ ਤੁਹਾਡੇ ਤੋਂ ਸ਼ੁਰੂ ਕਰਦੇ ਹਾਂ ਜੀ ਅੱਜ ਹਰਦੀਪ ਹਾਂਜੀ ਸਰ ਕਮਾਲ ਹੈ ਥੈਂਕ ਯੂ ਸਰ ਬਹੁਤ ਅੱਛਾ ਬਹੁਤ ਸੋਹਣਾ ਗਾਇਆ ਥੈਂਕ ਯੂ ਮੈਂ ਸ਼ਾਇਦ ਮੇਗ ਆਡੀਸ਼ਨ 'ਚ ਵੀ ਇਹ ਗੱਲ ਕਹੀ ਸੀ ਕਿ ਬਹੁਤ ਪਲੇਬੈਕ ਟਾਈਪ ਆਵਾਜ਼ ਹੈ ਔਰ ਮੈਂ ਚਾਹੂੰਗਾ ਕਿ ਮੁੰਡਾ ਵੌਇਸ ਆਫ ਪੰਜਾਬ ਦੇ ਸਫ਼ਰ 'ਚ ਬਹੁਤ ਦੂਰ ਤੱਕ ਜਾਏ ਥੈਂਕ ਯੂ ਸਰ ਲਵ ਯੂ ਥੈਂਕ ਯੂ ਲਵ ਯੂ ਟੂ ਸਰ ਅਤੇ ਸ਼ਾਜ਼ੀਆ ਜੀ ਤੁਸੀਂ ਕੀ ਕਹਿਣਾ ਚਾਹੋਗੇ ਮੁੰਡੇ ਬਾਰੇ ਬਹੁਤ ਮਜ਼ਾ ਆਇਆ ਐਡੀ ਨਿਖਾਰ ਕੇ ਜਗ੍ਹਾ ਐਡੀ ਸੋਹਣੀ ਐਡੀ ਸਾਫ਼ ਸੁਥਰੀ ਬਹੁਤ ਅੱਛਾ ਲੱਗਾ ਬਹੁਤ ਮਜ਼ਾ ਆਇਆ ਬੇਟੇ ਬਹੁਤ ਅੱਗੇ ਥੈਂਕ ਯੂ ਸਰ ਥੈਂਕ ਯੂ ਮੈਮ ਸੋ ਮਚ ਵੈਰੀ ਨਾਈਸ ਸਲੀਮ ਭਾਜੀ ਬਹੁਤ ਸੋਹਣਾ ਗਾਇਆ ਤੂੰ ਕਿਤੇ ਕਿਤੇ ਮੈਨੂੰ ਇੱਕ ਇੱਕ ਅੱਧਾ ਸੁਰ ਘੱਟ ਲੱਗਿਆ ਪਰ ਉਹ ਜਦੋਂ ਇੰਨਾ ਸੋਹਣਾ ਕੋਈ ਬੰਦਾ ਗਾਉਂਦਾ ਤਾਂ ਉਹ ਮਾਫ਼ ਹੁੰਦੇ ਨੇ ਥੈਂਕ ਯੂ ਸਰ ਥੈਂਕ ਯੂ ਜਿਉਂਦੇ ਰਹੋ ਥੈਂਕ ਯੂ ਸੋ ਮਚ ਬਹੁਤ ਖੁਸ਼ੀਆਂ ਥੈਂਕ ਯੂ ਸਰ ਥੈਂਕ ਯੂ ਥੈਂਕ ਯੂ ਕੀ ਬਾਤ ਹੈ ਜੀ ਕਿੱਟੂ ਭਾਜੀ ਆਪਾਂ ਤੁਹਾਡੇ ਤੋਂ ਪੁੱਛਦੇ ਹਾਂ ਕੀ ਕਹਿਣਾ ਚਾਹੋਗੇ ਮੈਂ ਬਸ ਇੰਨੀ ਗੱਲ ਹੀ ਕਹਿਣਾ ਚਾਹੂੰਗਾ ਕਿ ਜਦੋਂ ਇੱਕ ਬਾਪ ਦੇ ਬੱਚੇ ਨੂੰ ਬਾਹਰੋਂ ਤਾਰੀਫ ਮਿਲਦੀ ਹੈ ਤਾਂ ਉਹ ਬਾਪ ਦਾ ਸੀਨਾ ਚੌੜਾ ਹੋ ਜਾਂਦਾ ਉਹੀ ਮੈਂ ਫੀਲ ਕਰ ਰਿਹਾ ਇਸ ਟਾਈਮ ਥੈਂਕ ਯੂ ਸਰ ਬਹੁਤ ਵਧੀਆ ਸ਼ਾਬਾਸ਼ ਥੈਂਕ ਯੂ ਸਰ ਥੈਂਕ ਯੂ ਚਲੋ ਬਹੁਤ ਬਹੁਤ ਮੁਬਾਰਕਾਂ ਵੀਰੇ ਤਾਂ ਇਸੇ ਜੋਸ਼ ਨਾਲ ਅਤੇ ਪਿਆਰੇ ਪਿਆਰੇ ਕਮੈਂਟਸ ਨਾਲ ਆਪਣੀ ਸੀਟ 'ਤੇ ਆਓ ਬੈਠੋ ਅਤੇ ਸਮਾਈਲਾਂ ਬਿਖੇਰਦੇ ਰਹੋ